ਆਮ ਆਦੀ ਪਾਰਟੀ ਦੇ ਇੱਕ ਮੰਤਰੀ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਹੈ ਸੀਬੀਏ ਨੇ ਜਾਂਚ ਦੀ ਮੰਗ ਕੀਤੀ ਹੈ ਕਿ ਉਹ ਮੰਤਰੀ ਜੇਲ੍ਹ ਦੇ ਵਿੱਚ ਹੀ ਫਰੋਤੀਆਂ ਰੰਗਦਾਰੀ ਤੇ ਐਕਸਟਰਸ਼ਨ ਮਨੀ ਦਾ ਧੰਦਾ ਚਲਾ ਰਿਹਾ ਕੈਦੀਆਂ ਕੋ ਪੈਸੇ ਲਈ ਜਾ ਰਹੇ ਤੇ ਜਿਹੜੇ ਜੇਲ੍ਹ ਦੇ ਵਿੱਚ ਠੱਗ ਲੋਕ ਨੇ ਉਹਨਾਂ ਕੋ ਵੀ ਫਰੋਤੀਆਂ ਲਈ ਜਾ ਰਹੀ ਹੈ ਜਿਸ ਕਰਕੇ ਮੰਤਰੀ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿਉਂਕਿ ਸੀਬੀਏ ਨੇ ਜਿਹੜੀ ਸੀਬੀਏ ਨੂੰ ਪੁਖਤਾ ਸਬੂਤ ਮਿਲੇ ਨੇ ਉਸ ਪੁਖਤਾ ਸਬੂਤ ਦੇ ਆਧਾਰ ਤੇ ਉਸ ਮੰਤਰੀ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਤੇ ਦਿੱਲੀ ਦੇ ਉੱਪਰ ਆਜਪਾਲ ਕੋਲੋਂ ਮੰਗ ਕੀਤੀ ਹੈ ਕਿ ਸਾਨੂੰ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ ਮਸਲਾ ਦਿੱਲੀ ਸਰਕਾਰ ਦਾ ਦਿੱਲੀ ਸਰਕਾਰ ਦੇ ਜਿਹੜੇ ਸਿਹਤ ਮੰਤਰੀ रह ਚੁੱਕੇ ਨੇ ਸਤਿੰਦਰ ਜੈਨ ਸਤਿੰਦਰ ਜੈਨ ਦੇ ਨਾਲ ਜੁੜਿਆ ਮਸਲਾ ਜਿਸ ਕਰਕੇ ਸਤਿੰਦਰ ਜੈਨ ਦੀਆਂ ਮੁਸ਼ਕਲਾਂ ਹੋਰ ਵੱਧ ਚੁੱਕੀਆਂ ਨੇ ਕਿਉਂਕਿ ਸੀਬੀਆਈ ਨੇ ਦੋਸ਼ ਲਗਾਏ ਨੇ ਕਿ ਜਿਹੜੇ ਸਤਿੰਦਰ ਜੈਨ ਨੇ ਉਹ ਜੇਲ੍ਹ ਦੇ ਵਿੱਚ ਐਕਸਟਰਸ਼ਨ ਮਨੀ ਦਾ ਧੰਦਾ ਕਰ ਰਹੇ ਨੇ ਮੁਕੇ ਜਿਹੜੇ ਸ਼ਕੇਸ਼ ਚੰਦਰ ਸ਼ੇਖਰ ਦੇ ਦੋਸ਼ਾਂ ਦੇ ਨਾਲ ਸਤਿੰਦਰ ਜੈਨ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਤੇ ਕੇਸੀਬੀਐਨ ਕੇਸ ਚਲਾਉਣ ਵਾਸਤੇ ਲੈਫਟੀਨੈਂਟ ਗਵਰਨਰ ਕੋਲੋਂ ਮਨਜ਼ੂਰੀ ਮੰਗੀ ਆ ਸੀਬੀਆਈ ਨੇ ਦਿੱਲੀ ਦੇ ਉਪ ਪ੍ਰਾਸ਼ਪਾਲ ਵਿਨਕਮਰ ਸਖਸੈਨਾ ਕੋਲੋਂ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਸਤਿੰਦਰ ਜੈਨ ਜਿਹੜੇ ਇਸ ਸਮੇਂ ਤਿਆੜ ਜੇਲ੍ਹ ਵਿੱਚ ਬੰਦ ਨੇ ਉਹਨਾਂ ਸਮੇਤ ਕਈ ਹੋਰ ਪੁਲਿਸ ਦੇ ਤੇ ਜੇਲ੍ਹ ਅਧਿਕਾਰੀਆਂ ਦੇ ਖਿਲਾਫ ਸੀਬੀਆਈ ਨੇ ਜਾਂਚ ਦੀ ਮਨਜ਼ੂਰੀ ਮੰਗੀ ਆ ਇਨਾਂ ਤੇ ਇਲਜ਼ਾਮ ਨੇ ਕਿ ਜੇਲ੍ਹ ਦੇ ਵਿੱਚ ਕਈ ਕੈਦੀਆਂ ਅਤੇ ਜਿਹੜੇ ਮਾਹ ਠੱਗਾ ਸੁਕੇਸ਼ ਚੰਦਰ ਸ਼ੇਖਰ ਉਹਦੇ ਕੋਲੋਂ ਜਿਹੜੀ ਅਫਰਾਤੀ ਜਾਂ ਰੰਗਦਾਰੀ ਲੈਂਡ ਦੇ ਦੋਸ਼ ਨੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਜੇਲ੍ਹ ਚ ਬੰਦ ਮਾਹ ਠੱਗੀ ਦੇ ਦੋਸ਼ੀ ਮਕੇਸ਼ ਚੰਦਰ ਸ਼ੇਖਰ ਦੇ ਦੋਸ਼ਾਂ ਤੇ ਸੀਬੀਆਈ ਨੇ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਧਾਰਾ 17ਏ ਤਹਿਤ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤਿੰਦਰ ਜੈਨ ਅਤੇ ਸਾਬਕਾ ਜੇਲ ਸੁਪਰਡੈਂਟ ਰਹਿ ਚੁਕੇ ਰਾਜkumar ਦੇ ਖਿਲਾਫ ਜਾਂਚ ਕਰਵਾਉਣ ਲਈ ਜਾਂਚ ਦੀ ਮੰਗ ਲਈ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਨਾ ਕੋਲੋਂ ਮਨਜ਼ੂਰੀ ਮੰਗੀ ਹੈ ਸਤਿੰਦਰ ਜੈਨ ਤੇ ਸਕੇਸ਼ ਚੰਦਰ ਸਿੱਖ ਸਮੇਤ ਕਈ ਹਾਈ ਪ੍ਰੋਫਾਈਲ ਕੈਦੀਆਂ ਕੋਲੋਂ ਕਰੋੜਾ ਰੁਪਏ ਦੀ ਉਗਰਾਹੀ ਕਰਨ ਤੇ ਸਤਿੰਦਰ ਜੈਨ ਤੇ ਦੋਸ਼ ਲੱਗੇ ਨੇ ਜਾਂ ਦੇ ਖਿਲਾਫ ਮਾਮਲਾ ਚਲਾਉਣ ਲਈ ਲੈਫਟੀਨੈਂਟ ਜਰਨਲ ਵੀ ਕੇ ਸਖਸੈਨਾ ਤੋਂ ਜਰੂਰੀ ਜਿਹੜੀ ਮਨਜ਼ੂਰੀ ਮੰਗਦੇ ਹੋਏ ਸੀਬੀਆਈ ਨੇ ਦੋਸ਼ ਲਗਾਏ ਨੇ ਕਿ ਉਸ ਸਮੇਂ ਜਿਹੜੇ ਡੀਜੀਪੀ ਜੇਲ ਰੇ ਨੇ ਸੰਦੀਪ ਗੋਇਲ ਅਤੇ ਐਡੀਸ਼ਨਲ ਏਡੀਜੀਪੀ ਮਕੇਸ਼ ਪ੍ਰਸ਼ਾਦ ਦੀ ਮਿਲਿਪੁਗਤ ਨਾਲ ਦਿੱਲੀ ਦੀਆਂ ਜੇਲਾਂ ਚ ਉੱਚ ਪੱਧਰ ਦੇ ਭ੍ਰਿਸ਼ਟਾਚਾਰ ਅਤੇ ਜ਼ਬਰਨ ਵਸੂਲੀ ਦੇ ਤਹਿਤ রেকর্ড ਚਲਾਇਆ ਜਾ ਰਿਹਾ ਸੀ सीबीआई ਨੇ ਐਲਜੀ ਨੂੰ ਲਿਖੇ ਪੱਤਰ ਵਿੱਚ ਦੋਸ਼ ਲਗਾਇਆ ਕਿ ਉਹਨਾਂ ਨੂੰ ਇਸ ਦੇ ਲਈ ਇੱਕ ਸਿੰਡੀਕੇਟ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਕੋਲ ਇੱਕ ਸੂਚਨਾ ਹੈ ਕਿ ਸਤਿੰਦਰ ਜੈਨ ਨੇ ਕਥਿਤ ਤੌਰ ਤੇ ਜੇਲ੍ਹ ਦੇ ਕੈਦੀ ਚੰਦਰ ਸ਼ੇਖਰ ਤੋਂ 218 221 21 ਦੇ ਦੌਰਾਨ ਵੱਖ-ਵੱਖ ਕਿਸ਼ਤਾਂ ਵਿੱਚ ਖੁਦ ਜਾਂ ਆਪਣੇ ਸਾਥੀਆਂ ਦੇ ذریعے ਪ੍ਰੋਟੈਕਸ਼ਨ ਮਨੀ ਦੇ ਤੌਰ ਤੇ 10 ਕਰੋੜ ਰੁਪਏ ਦੀ ਉਗਰਾਹੀ प्राप्त ਕੀਤੀ ਹੈ ਜਿਸ ਬਦਲੇ ਉਹਨੂੰ ਜੇਲ੍ਹ ਦੇ ਵਿੱਚ ਵੀਆਈਪੀ ਟ੍ਰੀਟਮੈਂਟ ਦੇਣ ਲਈ ਜਿਹੜਾ ਵਾ ਉਹਨੂੰ ਮੌਕੇ ਦਿੱਤੇ ਗਏ ਨੇ ਸਕੇਸ਼ ਨੂੰ ਜੇਲ੍ਹ ਦੇ ਵਿੱਚ ਤਮਾਮ ਉਹ ਜਿਹੜੀਆਂ ਵੀਆਈਪੀ ਟ੍ਰੀਟਮੈਂਟ ਜਿਹੜੀਆਂ ਦਿੱਤੀਆਂ ਗਈਆਂ ਜਿਸ ਬਦਲੇ ਦਿੱਲੀ ਦੇ ਮੰਤਰੀ ਨੂੰ 10 ਕਰੋੜ ਰੁਪਏ ਜੇਲ੍ਹ ਚੋਂ ਸਕੇਸ਼ ਨੇ ਦਿੱਤੇ ਜੋ ਮਾਠਘੜ ਦੇ ਤੌਰ ਤੇ ਜਾਣੇ ਜਾਂਦੇ ਕਿਉਂਕਿ ਜਿੱਥੇ ਸਤਿੰਦਰ ਜੈਨ ਸੂਬੇ ਦੇ ਦਿੱਲੀ ਦੇ ਸਿਹਤ ਮੰਤਰੀ ਸਨ ਉੱਥੇ ਨਾਲ ਦੀ ਨਾਲ ਉਹ ਜੇਲ੍ਹ ਮੰਤਰੀ ਵੀ ਸਨ ਇਹ ਵੀ ਇਲਜ਼ਾਮ ਲੱਗੇ ਕਿ ਜੇਲ੍ਹ ਦੇ ਵਿੱਚ ਕਈ ਕੈਦਗੀਆਂ ਤੇ ਜਿਹੜੇ ਮਾ ਠਾਗਾ ਸੁਕੇਸ਼ ਚੰਦਰ ਸ਼ੇਖਰ ਉਹਦੇ ਸਮੇਤ ਹੋਰ ਨਾ ਵੀ ਜਿਹੜੇ ਹਾਈ ਪ੍ਰੋਫਾਈਲ ਕੈਦੀ ਉਹਨਾਂ ਕੋ ਪੈਸੇ ਲੈ ਗਏ ਨੇ ਤਿਆੜ ਦੇ ਵਿੱਚ ਐਕਸਟਰਸ਼ਨ ਰੈਕਡ ਚੱਲ ਰਿਹਾ ਸੀ ਪ੍ਰੋਟੈਕਸ਼ਨ ਮਨੀ ਦੇ ਤੌਰ ਤੇ ਪੈਸੇ ਇਕੱਠੇ ਕੀਤੇ ਜਾ ਰਹੇ ਸਤਿੰਦਰ ਜੈਨ ਤੇ ਵੀ ਦੋਸ਼ ਹੈ ਕਿ ਉਹਨਾਂ ਨੇ ਆਪਣੇ ਗੁਰਗੀਆਂ ਦੇ ਜਰੀਏ ਕੱਲੇ ਸੁਕੇਸ਼ ਚੰਦਰ ਸ਼ੇਖਰ ਕੋਲੇ 10 ਕਰੋੜ ਰੁਪਏ ਲਏ ਨੇ ਤੇ ਬਾਕੀ ਜਿਹੜੇ ਹਾਈ ਪ੍ਰੋਫਾਈਲ ਕੈਦੀ ਉਹਨਾਂ ਕੋਲ ਵੀ ਵੀਆਈਪੀ ਟ੍ਰੀਟਮੈਂਟ ਜੇਲਾ ਵਿੱਚ ਪ੍ਰੋਵਾਈਡ ਕਰਨ ਵਾਸਤੇ ਕਰੋੜਾਂ ਰੁਪਏ ਲਏ ਨੇ ਜਿਸ ਕਰਕੇ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤਿੰਦਰ ਜੈਨ ਦੀਆਂ ਮੁਸ਼ਕਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਖਸੈਨਾ ਤੋਂ ਦਿੱਲੀ ਸਰਕਾਰ ਦੇ ਸਾਬਕਾ ਸਿਹਤ ਮੰਤਰੀ ਸਤਿੰਦਰ ਜੈਨ ਜਿਹੜੇ ਇਸ ਟਾਈਮ ਤੇ ਇਤਿਆਰ ਜੇਲ੍ਹ ਦੇ ਵਿੱਚ ਆ ਉਹਦੇ ਖਿਲਾਫ ਜਾਂਚ ਸ਼ੁਰੂ ਕਰਨ ਵਾਸਤੇ ਸੀਬੀਆਈ ਨੇ ਮਨਜ਼ੂਰੀ ਮੰਗੀ ਆ ਸੀਬੀਆਈ ਨੇ ਲਿਖੇ ਪੱਤਰ ਵਿੱਚ ਕਿਹਾ ਕਿ ਜਿਹੜੀ 10 ਨਵੰਬਰ ਨੂੰ ਐਲਜੀ ਤੋਂ ਜਾਂਚ ਸ਼ੁਰੂ ਕਰਵਾਉਣ ਦੀ ਜਿਹੜੀ ਮਨਜ਼ੂਰੀ ਮੰਗੀ ਸੀ ਪੱਤਰ ਵਿੱਚ ਗਏ ਹੈ ਸਤਿੰਦਰ ਜੈਨ ਕੇ ਜੋ ਉਸ ਸਮੇਂ ਜੇਲ੍ਹ ਮੰਤਰੀ ਸਨ ਉਹ ਥਿਆੜ ਦੇ ਉਸ ਸਮੇਂ ਦੇ ਡੀਜੀਪੀ ਸੰਦੀਪ ਗੋਹਲ ਅਤੇ ਏਡੀਜੀਪੀ ਵਕੇਸ਼ ਪ੍ਰਸ਼ਾਦ ਦੇ ਨਾਲ ਮਿਲ ਕੇ ਹੀ ਥਿਆੜ ਦੇ ਵਿੱਚ ਐਕਸਟਰਸ਼ਨ ਰੈਕਟ ਚਲਾ ਰਹੇ ਸੀ ਤੇ ਪੈਟੇ ਇਕੱਠੇ ਕੀਤੇ ਜਾ ਰਹੇ ਸੀ ਇਹ ਵੀ ਦੋਸ਼ ਨੇ ਕਿ ਸਤਿੰਦਰ ਜੈਨ ਨੇ ਆਪਣੇ ਗੁਰਗੇ ਪਾਲੇ ਹੋ ਸੀ ਗੁਰਗੇ ਜਿਹੜੇ ਪਾਲੇ ਸੀ ਉਹਨਾਂ ਦੇ ذریعے ਪੈਸੇ ਲੈ ਜਾਂਦੇ ਨੇ ਸੋ ਇਹ ਵੀ ਕਿਹਾ ਗਿਆ ਕਿ ਥਿਆੜ ਜੇਲ੍ਹ ਦੇ ਜੇਲ੍ਹ ਨੰਬਰ 4 ਦੇ ਸੁਪਰੀਡੈਂਟ ਤੇ ਜੋ ਰਾਜਕੁਮਾਰ ਜੋ ਕਿ ਡੀਜੀਪੀ ਜਿਹੜੇ ਗੋਇਲ ਦਾ ਬਿਹਦ ਕਰੀਬੀ ਸੀ ਔਰ ਉਹੀ ਸਕੇਸ਼ ਚੰਦਰ ਸੇਖ ਸ਼ੇਖਰ ਕੋਲੋਂ ਪੈਸੇ ਇਕੱਠੇ ਕਰਦਾ ਸੀ ਇਤੋਂ ਤੱਕ ਕਿ ਉਸਨੇ ਪੇਟੀਐਮ ਦੇ ਜਰੀਏ ਵੀ ਪੈਸੇ ਲਏ ਨੇ ਦੋਸ਼ੇ ਵੀ ਨੇ ਕਿ ਡੀਜੀਪੀ ਗੋਇਲ ਅਤੇ ਮਕੇਸ਼ ਪ੍ਰਸ਼ਾਦ ਨੇ 2019 ਤੋਂ ਲੈ ਕੇ 2022 ਦੇ ਦਰਮਿਆਨ ਸਕੇਸ਼ ਚੰਦਰ ਸ਼ੇਖਰ ਕੋਲੋਂ 12.5 ਕਰੋੜ ਰੁਪਏ ਲਏ ਨੇ ਇਸ ਦੇ ਬਦਲੇ ਕੈਦੀਆਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਵੀਆਈਪੀ ਟ੍ਰੀਟਮੈਂਟ ਵੀ ਦਿੱਤੇ ਜਾ ਰਹੇ ਨੇ ਦੂਜੇ ਪਾਸੇ ਜੇਲ੍ਹ ਤੋਂ ਮਕੇਸ਼ ਚੰਦਰ ਸ਼ਿਖਰ ਨੇ ਇੱਕ ਵਾਰ ਫਿਰ ਪੱਤਰ ਲਿਖਿਆ ਸੀ ਜਿਸ ਵਿੱਚ ਦੋਸ਼ ਲਗਾਇਆ ਸੀ ਕਿ ਉਹਨਾਂ ਨੇ ਕਿ ਜੇਲ੍ਹ ਵਿੱਚ ਸਤਿੰਦਰ ਜੈਨ ਅਤੇ ਮਨੀਸ਼ ਸੋਧਿਆ ਜੇਲ੍ਹ ਵਿੱਚ ਇੱਕ ਬਰਾਬਰ ਦੀ ਸਰਕਾਰ ਦਾ ਸਿਸਟਮ ਚਲਾ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵੀ ਧਮਕਾਉਣ ਦੇ ਦੋਸ਼ ਲਗਾਏ ਸਨ ਫਿਲਹਾਲ ਆਮ ਆਦੀ ਪਾਰਟੀ ਵੱਲੋਂ ਜਾਂ ਦਿੱਲੀ ਸਰਕਾਰ ਵੱਲੋਂ ਕੋਈ ਕਿਸੇ ਵੀ ਕਿਸਮ ਦਾ ਸਪਸ਼ਟੀਕਰਨ ਨਹੀਂ ਆਇਆ ਕਿ ਜਿਹੜੇ सीबीआई ਨੇ ਮਨਜ਼ੂਰੀ ਮੰਗੀ ਆਈ ਹੈ ਕਿ ਜਿਹੜੇ ਦਿੱਲੀ ਦੇ ਸਿਹਤ ਮੰਤਰੀ ਜਿਹੜੇ ਸੁਤਿੰਦਰ ਜਨ ਐਸਰਮੇ ਤਿਹਾਰ ਜਿਲ੍ਹੇ ਵਿੱਚ ਬੰਦ ਨੇ ਉਹਨਾਂ ਦੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਆਮ ਆਦੀ ਪਾਰਟੀ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਪੱਖ ਨਹੀਂ ਆਇਆ ਸਪਸ਼ਟੀਕਰਨ ਨਹੀਂ ਆਇਆ ਲੇਕਿਨ ਦਿੱਲੀ ਦੇ ਆਮ ਆਦੀ ਪਾਰਟੀ ਦੇ ਲੀਡਰ ਲਗਾਤਾਰ ਬਵਾਦਾਂ ਵਿੱਚ ਘਿਰਦੇ ਦਿਖਾਈ ਦੇ ਰਹੇ ਚਾਹੇ ED ਦੇ ਕੇਸ ਚੱਲ ਰਹੇ ਹੋ ਚਾਹੇ CBI ਦੇ ਕੇਸ ਚੱਲ ਰਹੇ ਹੋਣੇ ਚਾਹੇ ਸੰਜੇ ਸਿੰਘ ਐਸਟਮੇ ਜੇਲ੍ਹ ਦੇ ਵਿੱਚ ਆ ਸੁਤਿੰਦਰ ਜੈਨ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਮਨੀਸ਼ ਸੋਧਿਆ ਇਸ ਵੇਲੇ ਜੇਲ੍ਹ ਦੇ ਵਿੱਚ ਅਤੇ ਨਾਲ ਦੀ ਨਾਲ ਇਹ ਵੀ ਆ ਕਿ ਆ ਈਡੀ ਵੱਲੋਂ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਬੋਧਨ ਕੀਤੇ ਗਏ ਸੀ 2 ਤਰੀਕ ਨੂੰ ਲੇਕਿਨ ਉਹ ਪੇਸ਼ ਨਹੀਂ ਹੋਏ ਕਿਉਂਕਿ ਉਹ ਵਿਧਾਨ ਸਭਾ ਜਿਹੜੀਆਂ ਪੰਜ ਸੂਬੇ ਦੀਆਂ ਚੋਣਾਂ ਪੈ ਰਹੀਆਂ ਨੇ ਉਹਦੇ ਮੱਦੇਨਜ਼ਰ ਮੱਧ ਪ੍ਰਦੇਸ਼ ਦੀ ਇਕਵਾਲੀਅਰ ਦੇ ਵਿੱਚ ਰੈਲੀ ਨੂੰ ਸੰਬੋਧਨ ਕਰੇ ਉਸ ਤੋਂ ਬਾਅਦ ਉਹ ਪੇਸ਼ ਨਹੀਂ ਹੋਏ ਉਹਨਾਂ ਨੇ ਈਡੀ ਨੂੰ ਚਿੱਠੀ ਲਿਖੀ ਸੀ ਕਿ ਮੈਨੂੰ ਦੱਸਿਆ ਜਾਵੇ ਕਿ ਮੈਨੂੰ ਸ਼ੱਕ ਦੇ ਆਧਾਰ ਤੇ ਬੁਲਾਇਆ ਜਾ ਰਿਹਾ ਜਾਂ ਫਿਰ ਗਵਾਹ ਦੇ ਤੌਰ ਤੇ ਉਸ ਤੋਂ ਬਾਅਦ ਹਲੇ ਤੱਕ ਈਡੀ ਦਾ ਕੋਈ ਨੋਟਿਸ ਨਹੀਂ ਆਇਆ ਕਿਉਂਕਿ ਆਮ ਆਦੀ ਪਾਰਟੀ ਕਹੇ ਕਿ ਸਾਰਾ ਸਾਰਾ ਰਾਜਸੀ ਬਦਲਾਏਗਾ ਈਡੀ ਜਿਹੜੀ ਆ ਉਹ ਸੈਂਟਰ ਸਰਕਾਰ ਦੇ ਦਬਾਅ ਹੇਠ ਕੰਮ ਕਰੀ ਲੇਕਿਨ ਹੁਣ ਨਵਾਂ ਵਿਵਾਦ ਜੁੜ ਚੁੱਕਾ ਹੈ ਕਿ ਜੇਲ੍ਹ ਦੇ ਵਿੱਚੋਂ ਪ੍ਰੋਟੈਕਸ਼ਨ ਮਣੀ ਲਈ ਜਾ ਰਹੀ ਸੀ ਕੈਦੀਆਂ ਨੂੰ ਵੀਆਈਪੀ ਟ੍ਰੀਟਮੈਂਟ ਦੇ ਦੇ ਮਸਲੇ ਵਿੱਚ ਕਰੋੜਾਂ ਰੁਪਏ ਇਕੱਠੇ ਕੀਤੇ ਜਾ ਰਹੇ ਨੇ ਜਿਸ ਕਰਕੇ ਹੁਣ ਸੀਬੀਆਈ ਦੇ ਕੋਲ ਪੁਖਤਾ ਸਬੂਤ ਆਏ ਨੇ ਤੇ ਸੀਬੀਆਈ ਨੇ ਹੁਣ ਨੂੰ ਜ ਮਨਜ਼ੂਰੀ ਮੰਗੀ ਆ ਗਈ ਹੈ ਕਿ ਇਹਨਾਂ ਦੇ ਖਿਲਾਫ ਜਿਹੜੇ ਪੁਲਿਸ ਦੇ ਵੱਡੇ ਦੋ ਅਫਸਰ ਜੇਲ ਸੁਪਰਡੈਂਟ ਤੇ ਸਤਿੰਦਰ ਜੈਨ ਦੇ ਖਿਲਾਫ ਕਾਰਵਾਈ ਕਰਨ ਦੀ ਮਨਜ਼ੂਰੀ ਮੰਗੀ ਹੈ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੀ ਕੇ ਸਖਸੈਨਾ ਕੋਲ ਫਿਲਹਾਲ ਇਸ ਜਾਣਕਾਰੀ ਤੋਂ ਟੜ ਤੋਂ ਲੈਂਦੇ ਆ ਗਏ ਦੇਖਦੇ ਰਹੋ ABC ਪੰਜਾਬ ਧੰਨਵਾਦ